ਕਿਵੇਂ ਤੁਸੀਂ ਸਾਰੇ? ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਅਤੇ ਅੱਜ ਮੈਂ ਜਾ ਰਹੀ ਹਾਂ ਚੰਡੀਗੜ੍ਹ, ਜਾ ਤਾਂ ਮੈਂ ਰਹੀ ਹਾਂ ਵੈਸੇ ਦੀਦੀ ਅਤੇ ਭਈਆ ਨੂੰ ਸਰਪ੍ਰਾਈਜ਼ ਦੇਣ, ਬਟ ਉਹਨਾਂ ਨੂੰ ਪਤਾ ਨਹੀਂ ਕਿ ਮੈਂ ਆਉਣਾ, ਕਿਉਂਕਿ ਮੈਂ ਸਰਪ੍ਰਾਈਜ਼ ਦੇਣਾ। ਅਤੇ ਵੈਸੇ ਤਾਂ ਉਹਨਾਂ ਨੂੰ ਮੂਹਰੇ 'ਤੇ ਅਸੀਂ ਇਨਵਾਈਟ ਕੀਤਾ ਸੀਗਾ, ਬਟ ਉਹ ਆ ਨਹੀਂ ਪਾਈ ਕਿਉਂਕਿ ਭਈਆ ਦੀ ਤਬੀਅਤ ਥੋੜ੍ਹੀ ਜਿਹੀ ਖਰਾਬ ਸੀਗੀ। ਅਤੇ ਇਸ ਰੀਜ਼ਨ ਵਿੱਚ ਮੈਂ ਵੀ ਉਹਨਾਂ ਨਾਲ ਲੜ ਹੀ ਨਹੀਂ ਸਕੀ ਕਿ ਹੁਣ ਭਈਆ ਦੀ ਤਬੀਅਤ ਖਰਾਬ ਸੀ, ਫਿਰ ਮੈਂ ਕੀ ਲੜਦੀ ਕਿ ਤੁਸੀਂ ਆਓ। ਅਤੇ ਉਸ ਤੋਂ ਬਾਅਦ ਮੈਂ ਉਹਨਾਂ ਨਾਲ ਨਾਰਾਜ਼ ਸੀਗੀ ਅਤੇ ਮੈਂ ਘੱਟ ਵੱਧ ਹੀ ਗੱਲ ਕਰਦੀ ਪਈ ਸੀ ਉਹਨਾਂ ਨਾਲ। ਅਤੇ ਹੁਣ 2-3 ਦਿਨਾਂ ਤੋਂ ਮੈਨੂੰ ਬਿਲਕੁਲ ਹੀ ਗੱਲ ਨਹੀਂ ਕੀਤੀ ਉਹਨਾਂ ਦੇ ਨਾਲ, ਅਤੇ ਅੱਜ ਉਹਨਾਂ ਨੂੰ ਮੈਂ ਸਰਪ੍ਰਾਈਜ਼ ਦੇਣ ਜਾ ਰਹੀ ਹਾਂ। ਉਹਨਾਂ ਨੂੰ ਕੋਈ ਆਈਡੀਆ ਹੀ ਨਹੀਂ ਹੈਗਾ ਕਿ ਇਹਨੇ ਆਉਣਾ ਹੈ ਜਾਂ ਇਹ ਆ ਰਹੀ ਹੈ। ਅਤੇ ਇੱਧਰੋਂ ਤਾਂ ਮੈਂ ਥੋੜ੍ਹੀ ਦੇਰ 'ਚ ਨਿਕਲਣ ਲੱਗੀ ਹਾਂ, ਅਤੇ ਉੱਥੇ ਜਾ ਕੇ ਮੈਂ ਉਹਨਾਂ ਨੂੰ ਕਾਲ ਕਰਾਂਗੀ ਕਿ ਤੁਸੀਂ ਮੈਨੂੰ ਇੱਥੇ ਆ ਕੇ ਲੈ ਜਾਓ ਅਤੇ ਮੈਂ ਇੱਥੇ ਆ ਚੁੱਕੀ ਹਾਂ। ਅਤੇ ਫਿਰ ਆਪਾਂ ਉਹਨਾਂ ਦੇ ਰਿਐਕਸ਼ਨਸ ਵੀ ਵੇਖਾਂਗੇ ਅਤੇ ਤੁਹਾਨੂੰ ਵੀ ਦਿਖਾਵਾਂਗੇ। ਅਤੇ ਤੁਸੀਂ ਵੀ ਸਾਰੇ ਜਾਣੇ ਵਲੌਗ ਦੇ ਨਾਲ ਲਾਸਟ ਤੱਕ ਬਣੇ ਰਹੋ, ਅਤੇ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ। A few hours later. ਸੋ ਗਾਈਜ਼, ਮੈਂ ਇੱਥੇ ਆ ਚੁੱਕੀ ਹਾਂ, ਪਰ ਮੈਂ ਉਹਨਾਂ ਨੂੰ ਫੋਨ ਕੀਤਾ ਕਿ ਮੈਨੂੰ ਆ ਕੇ ਲੈ ਜਾਓ, ਅਤੇ ਉਹਨਾਂ ਨੂੰ ਯਕੀਨ ਹੀ ਨਹੀਂ ਹੁੰਦਾ ਪਿਆ ਕਿ ਇਹ ਇੱਥੇ ਆ ਗਈ ਹੈ। ਉਹਨਾਂ ਨੂੰ ਲੱਗਦਾ ਪਿਆ ਮਜ਼ਾਕ ਹੀ ਕਰੀ ਜਾਂਦੀ ਪਈ ਹੈ। ਉਹਨਾਂ ਦੇ ਮੈਨੂੰ 2 ਵਾਰੀ ਫੋਨ ਆ ਗਏ ਆ, ਉਹ ਪਤਾ ਨਹੀਂ ਕੀ ਮਤਲਬ ਉਹਨਾਂ ਦੇ ਦਿਮਾਗ 'ਚ ਇਹ ਗੱਲ ਹੈਗੀ ਹੈ, ਛੋਟੀ ਹੈ ਆ ਨਹੀਂ ਸਕਦੀ, ਇਹ ਇੰਨਾ ਕਿਵੇਂ ਟਰੈਵਲ ਕਰੂਗੀ। ਬਟ ਫਿਰ ਵੀ ਮੈਂ ਆ ਗਈ, ਅਤੇ ਮੈਨੂੰ ਇੱਥੇ ਸ਼ਰਮ ਵੀ ਬਹੁਤ ਆਉਂਦੀ ਪਈ ਆ ਵਲੌਗ ਬਣਾਉਣ ਲੱਗਿਆ, ਅਤੇ ਮੈਂ ਫਰੰਟ ਕੈਮਰੇ 'ਚ ਬਣਾ ਰਹੀ ਹਾਂ ਕਿਉਂਕਿ ਬੈਕ ਤਾਂ ਮੈਨੂੰ ਪਤਾ ਵੀ ਨਹੀਂ ਲੱਗਣਾ। ਅਤੇ ਹੁਣ ਉਹਨਾਂ ਨੂੰ ਥੋੜ੍ਹਾ ਜਿਹਾ ਟਾਈਮ ਲੱਗਣਾ ਅਤੇ ਉਹ ਆ ਜਾਣ, ਅਤੇ ਫਿਰ ਮੈਂ ਤੁਹਾਨੂੰ ਉਹਨਾਂ ਦੇ ਰਿਐਕਸ਼ਨਸ ਵੀ ਵਿਖਾਉਂਦੀ ਹਾਂ, ਉਹਨਾਂ ਦੇ ਰਿਐਕਸ਼ਨਸ ਕਿਵੇਂ ਦੇ ਹੈਗੇ ਨੇ ਮੈਨੂੰ ਵੇਖ ਕੇ, ਅਤੇ ਵਲੌਗ ਦੇ ਨਾਲ ਬਣੇ ਰਹੋ। ਸੋ ਗਾਈਸ, ਉਹ ਬੰਦੇ ਆ ਚੁੱਕੇ ਨੇ ਇੱਥੇ, ਇਹਨਾਂ ਦੀਆਂ ਸ਼ਕਲਾਂ ਵੇਖੋ ਕਿਵੇਂ ਆ। ਯਾਰ ਮੈਂ ਬਸ ਤੇ ਵੋਲਵੋ ਕਰਾਈ ਸੀ ਮੈਂ ਆਪਣੀ ਰਿਸ਼ਤੇਦਾਰੀ ਦੀ, ਖੁਰਾਨਾ ਬੱਸ ਸਰਵਿਸ, ਨਹੀਂ ਨਹੀਂ ਮੈਂ ਵੱਡੂੰਗੀ ਤੁਹਾਡੇ। ਉਹ ਮੈਂ ਮਾੜਾ ਜਿਹਾ ਕਹਿੰਦੇ ਆ ਨਾ ਕਿ ਇਕੱਠੇ ਹੋ ਕੇ ਤੇ ਦਿਮਾਗ ਖਰਾਬ ਹੋ ਜਾਂਦਾ ਬੰਦਾ, ਫੋਮ ਚ ਆ ਜਾਂਦਾ, ਉਹ ਚੀਜ਼ ਹੋ ਗਈ ਆ। ਮੈਨੂੰ ਬੁਖਾਰ ਹੈਗਾ 4-5 ਦਿਨਾਂ ਤੋਂ। ਕਿੰਨੀ ਮਹਾਨ ਗੱਲ ਹੈ ਨਾ, ਫਰਕ ਪੈ ਨਹੀਂ ਰਿਹਾ। ਚਲੋ ਤੇ ਚਲੋ, ਇੱਥੇ ਆਉਂਦੇ ਹੀ ਮੈਨੂੰ ਮਿਲ ਗਿਆ ਔਰੇਂਜ ਜੂਸ। ਹਾਂ ਅਸੀਂ ਪੀ ਕੇ ਗਏ ਨੇ, ਤੁਝ ਰੇ ਨਾ ਕਾਲ ਆਈ ਸੀਗੀ ਤੇ ਹੋਰ ਆ ਫੜਿਆ ਦੀਦੀ ਇੱਕ ਮਿੰਟ, ਮੈਂ ਚੰਗੀ ਤਰ੍ਹਾਂ ਬੋਲ ਲਵਾਂ, ਹੋਰ ਪਤਾ ਲੱਗੇ ਗੱਡੀ 'ਚ ਮਿੱਠਾ ਮਿੱਠਾ ਹੋਇਆ ਪਿਆ। ਭਈਆ ਤੁਸੀਂ ਚੁੱਪ ਕਰ ਜਾਓ। ਅੱਛਾ ਮੈਂ ਤੁਹਾਨੂੰ ਕਹਿਣਾ ਸੀਗਾ ਕਿ ਤੁਸੀਂ ਵੀ ਕੰਪਨੀ ਤੇ ਦਿਓ ਮੈਨੂੰ 50-50 ਵਾਲਾ ਗਲਾਸ ਪੀ ਕੇ। ਯਕੀਨ ਨਾ ਹੋਵੇ ਜਲਦੀ ਜਲਦੀ ਪੀਤਾ ਤੇ ਹੁਣ ਉਤਰਾ ਹੋ ਰਿਹਾ ਮੈਨੂੰ ਪੀ ਕੇ। ਤੇ ਭਈਆ ਇੱਕ ਹੋਰ ਲੈ ਲਓ ਫਿਰ, ਰਹਿਣ ਦੇ 50 ਵਾਲਾ ਅੱਗੇ ਜੂਸ ਵਾਲਾ।
ਮੈਨੂੰ ਸਮਝ ਨਹੀਂ ਲੱਗਣ ਦੀ। ਪਹਿਲੇ ਦੀਦੀ ਨੇ ਬਰਫ਼ ਤੋਂ ਮਨਾ ਕੀਤਾ, ਉਹ ਬਰਫ਼ ਵੀ ਲੈ ਆਇਆ, ਫਿਰ ਦੀਦੀ ਨੇ ਕਿਹਾ ਇੱਕ ਗਲਾਸ, ਆਂਦੇ ਆਂਦੇ ਦੋ ਗਲਾਸ ਚੁੱਕੇ ਲਿਆਇਆ, ਤਿੰਨ। ਵਾਹ, ਫਿਰ ਕਹੂ, ਫਿਰ ਕਹੂਗਾ ਆਪ ਨੇ ਨੁਕਸਾਨ ਕਰਾ ਦਿਆ ਮੇਰਾ। ਮੈਂ ਉਹਨੂੰ ਫਿਰ ਕਿਹਾ, ਮੈਂ ਕਿਹਾ ਹੁਣੇ ਤਾਂ ਅਸੀਂ ਪੀਕ ਗਏ ਆ ਤੇਰੇ ਸਾਹਮਣੇ, ਤੇ ਕਹਿੰਦਾ ਨਹੀਂ ਆਪਣੇ ਤੀਨ ਪੋਲਾ। ਉਹ ਵਿਚਾਰਾ ਕਨਫਿਊਜ਼ ਹੋ ਗਿਆ, ਇਹ ਵਿਚਾਰਾ ਮੈਨੂੰ ਆਪ ਹੀ ਥੋੜਾ ਨਾ, ਮਤਲਬ ਕਿ ਮੈਨੂੰ ਸ਼ਬਦ ਨਹੀਂ ਆ ਰਹੇ, ਬਸ ਸਮਝ ਆਓ ਜੇ ਸਮਝ ਸਕਦੇ ਹੋ। ਹਾਂ, ਸੋ ਜੂਸ ਵਗੈਰਾ ਪੀ ਕੇ ਅਸੀਂ ਘਰ ਆ ਚੁੱਕੇ ਸੀ, ਤੇ ਘਰ ਆ ਕੇ ਪਹਿਲਾਂ ਅਸੀਂ ਚੰਗੀ ਤਰ੍ਹਾਂ ਗੱਲਾਂ ਬਾਤਾਂ ਕੀਤੀਆਂ ਨੇ, ਤੇ ਫਿਰ ਦੀਦੀ ਨੇ ਬਣਾ ਲਈ ਹੈ ਚਾਹ। ਤੇ ਇੱਧਰ ਇੱਧਰ ਵਿਆਹ ਦਾ ਡੱਬਾ ਵੀ ਆ ਗਿਆ, ਪਰ ਇਹ ਨਹੀਂ ਦੱਸਣਾ ਵਿਆਹ ਕਿਹਦਾ। ਯੈਸ, ਪਰ ਕੰਗ੍ਰੈਚੁਲੇਸ਼ਨਸ। ਹਾਂਜੀ, ਤੇ ਦੀਦੀ ਨੇ ਬਣਾਈ ਅੱਜ ਗੁੜ ਵਾਲੀ ਚਾਹ ਹੈ। ਮੈਂ ਤਾਂ ਆਹ ਮਿਲ ਕੇ ਕਹਿੰਦਾ, ਹਾਂ ਮੈਂ ਖਾਧਾ ਵੀ, ਬੜਾ ਸਵਾਦ ਹੈਗਾ ਸੀਗਾ। ਮਿੱਠਾ ਖਵਾਉਣਾ, ਇਹਦਾ ਵੀ ਰਾਜ ਹੈਗਾ, ਬਟ ਇਹਦਾ ਰਾਜ ਹੀ ਰਹੇਗਾ। ਕੁਛ ਰਾਜ ਰਾਜ ਹੀ ਰਹਿਣ ਤਾਂ ਬਹੁਤ ਚੰਗਾ ਹੁੰਦਾ। ਕੰਚਨਾ ਮੂਵੀ ਦਾ ਡਾਇਲੋਗ ਹੈਗਾ, ਬੂੰਦੀ ਵਾਲਾ ਲੱਡੂ। ਵਾਹ, ਇੰਨਾ ਮੈਨੂੰ ਪਤਾ, ਇਹਦਾ ਨੀ ਪਤਾ। ਇਹ ਤੁਸੀਂ ਕਮੈਂਟਸ ਕਰਕੇ ਦੱਸੋ ਕਿਹੜੀ ਮਿਠਾਈ ਹੈ ਇਹ। ਹਾਂ, ਜੇ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸਾਨੂੰ ਦੱਸ ਦਿਓ। ਖਾਣੀ ਹੈ। ਹਾਂ, ਡੱਬਾ ਆ ਗਿਆ, ਖਾ ਖੂ ਕੇ ਤੇ ਫਿਰ, ਵੈਸੇ ਪਤਾ ਨਹੀਂ ਨਾਮ ਕੀ ਸੀ। 2-3 ਦਿਨਾਂ ਚ ਵਿਹਲਾ ਕਰ ਦੇਣਾ। ਹਾਂ, ਹੁਣ ਹਿਮਾਨੀ ਵੀ ਆ ਗਈ ਹੈ ਨਾ। ਹਾਂ, ਹਿਮਾਨੀ ਦਾ ਥੋੜਾ ਘੱਟ ਖਾਦੀ ਨਾ। ਹਾਂ, ਤੇ ਹੁਣ ਆਪਾਂ ਇਹ ਵਧੀਆ ਵਧੀਆ ਚਾਹ ਪੀ ਲਈਏ ਜਿਹੜੀ ਤੁਸੀਂ ਬਣਾਈ ਹੈ। ਇਹ ਭਈਆ ਨੇ ਵੈਸੇ ਪੀਣੀ ਨਹੀਂ ਸੀ, ਠੀਕ ਹੈ। ਤੇ ਤੁਸੀਂ ਆਪਣੇ ਲੱਡੂ ਖਾਓ ਤੇ ਮੈਂ ਚਾਹ ਪੀ ਕੇ, ਤੇ ਫਿਰ ਹੁਣ ਥੋੜੀ ਦੇਰ ਰੈਸਟ ਕਰ ਲਈਏ। 2 hours later. ਸੋ ਚਾਹ ਵਗੈਰਾ ਪੀ ਕੇ ਅਸੀਂ ਫ੍ਰੀ ਹੋ ਚੁੱਕੇ ਸੀ, ਤੇ ਦੀਦੀ ਸਬਜ਼ੀ ਨੂੰ ਤੜਕਾ ਲਗਾਉਣ ਲੱਗ ਗਏ ਸੀ, ਤੇ ਦੀਦੀ ਨੇ ਅੱਜ ਬਣਾਏ ਹੈ ਰਾਜਮਾ। ਰਾਜਮਾ ਚਾਵਲ। ਚਾਵਲ ਵੀ ਬਣਾ ਰਹੇ ਹੈ ਨਾਲ, ਹੋਰ ਕੀ। ਰਾਜਮਾ ਦਾ ਚਾਵਲ ਹੀ ਅੱਛਾ ਲੱਗੂਗਾ। ਅੱਜ ਤਾਂ ਮੇਰੇ ਮੋਢੇ ਹੀ ਮੋਜਾਂ। ਔਰ ਤੇਰੇ ਫੇਵਰੇਟ ਆ ਗਏ। ਅੱਜ ਤੇ ਕੋਇਨਸੀਡੈਂਸ ਹੋ ਗਿਆ ਵੈਸੇ ਸੱਚੀ 'ਚ, ਮਤਲਬ ਮੈਂ ਆਣਾ ਸੀਗਾ ਤੇ ਤੁਸੀਂ ਰਾਜਮਾ ਬਣਾ ਲਏ। ਮੈਂ ਪਹਿਲੇ ਹੀ ਡਿਪ ਕੀਤੇ ਹੋਏ ਸੀਗੇ, ਅੱਜ ਸਾਡਾ ਵੀ ਮਨ ਸੀ ਵੀ ਚਲੋ ਰਾਜਮਾ ਚਾਵਲ ਖਾਂਦੇ ਆ, ਹਨਾ। ਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਤੂੰ ਆ ਰਹੀ ਆ, ਫਿਰ ਤਾਂ ਮੈਨੂੰ ਇਹ ਹੋ ਗਿਆ, ਮੈਂ ਕਿਹਾ ਲਓ ਜੀ ਆ ਮੈਡਮ ਜੀ ਦੇ ਫੇਵਰੇਟ ਹੈ, ਪਹਿਲੇ ਰਾਜਮਾ ਚਾਵਲ ਬਣ ਗਏ। ਪਹਿਲਾਂ ਮੈਨੂੰ ਇੱਕ ਚੀਜ਼ ਤੁਸੀਂ ਹੋਰ ਦੱਸੋ ਕਿ ਜਿੱਦਾਂ ਹੀ ਤੁਹਾਨੂੰ ਮੈਂ ਫੋਨ ਕੀਤਾ ਕਿ ਮੈਂ ਇੱਥੇ ਆ ਗਈ ਆ, ਤੇ ਤੁਹਾਡਾ ਰਿਐਕਸ਼ਨ ਉਸ ਟਾਈਮ ਕੀ ਸੀ? ਸਾਨੂੰ ਨਾ ਵਿਸ਼ਵਾਸ ਜਿਹਾ ਨਹੀਂ ਸੀ, ਕਿਉਂਕਿ ਕੋਈ ਆਈਡੀਆ ਹੀ ਹੈ ਨਹੀਂ ਸੀਗਾ, ਹਨਾ।
ਵੀ ਤੂੰ ਆਣਾ ਆ ਜਾਂ ਨਹੀਂ ਆਣਾ, ਐਨ ਸਰਪ੍ਰਾਈਜ਼ ਪੂਰਾ ਆਣਾ ਹਨਾ। ਤੇ ਮੈਂ ਇਹਨਾਂ ਨੂੰ ਜਸ ਨੂੰ ਕਹੀ ਜਾਂਦੀ ਸੀ, ਮੈਂ ਕਿਹਾ ਇਹ ਪ੍ਰੈਂਕ ਕਰਦੀ ਵੀ ਪੱਕਾ, ਇਹਨੇ ਪ੍ਰੈਂਕ ਨਾ ਕਰਦੀ, ਕੈਮਰਾ ਲਾਇਆ ਹੋਣਾ ਦੂਜੇ ਪਾਸੇ ਫੋਨ ਕਰਦੀ, ਸਾਨੂੰ ਇਹੀ ਲੱਗਦਾ ਪਿਆ ਸੀਗਾ ਵੀ ਤੂੰ ਕਿਤੇ ਪ੍ਰੈਂਕ ਕਰਦੀ ਹੋਣੀ ਆ। ਤੇ ਤੈਨੂੰ ਪਤਾ ਹੀ ਅਸੀਂ ਤਾਂ ਬਾਹਰ ਹੀ ਘੁੰਮੀ ਜਾਂਦੇ ਸੀਗੇ ਉਦੋਂ ਹਨਾ। ਤੇ ਮੈਂ ਸੋਚੀ ਜਾਵਾਂ, ਮੈਂ ਕਿਹਾ ਸਾਨੂੰ ਜਾਣਾ ਚਾਹੀਦਾ, ਜਦ ਤੂੰ ਕਿਹਾ ਵੀ ਬੱਸ ਸਟਾਪ ਤੇ ਆ ਜਾਓ, ਮੈਂ ਕਿਹਾ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ, ਕੀ ਕਰੀਏ। ਫਿਰ ਜਦੋਂ ਦੂਜੀ ਵਾਰੀ ਗੱਲ ਹੋਈ ਨਾ, ਫਿਰ ਮੈਨੂੰ ਹੋਇਆ ਮੈਂ ਕਿਹਾ ਸ਼ਾਇਦ ਸੱਚੀ ਹੋਈ ਆਈ ਆ। ਇੱਕ ਵਾਰੀ ਜਾ ਕੇ ਤੇ ਅਸੀਂ ਚੈੱਕ ਕਰ ਹੀ ਲੈਣੇ ਆ ਕਿ ਜੇ ਇਹ ਸੱਚੀ ਆਈ ਹੋਈ, ਅਸੀਂ ਮਜ਼ਾਕ ਸਮਝ ਕੇ ਅਸੀਂ ਘਰ ਤੁਰ ਜਾਈਏ। ਵੈਸੇ ਇਹ ਤੁਸੀਂ ਉਸ ਟਾਈਮ ਬਾਹਰ ਸੀਗੇ ਹਨਾ, ਤੇ ਮੈਂ ਪਤਾ ਕੀ ਸੋਚਿਆ, ਪਹਿਲਾਂ ਮੈਂ ਸੋਚਿਆ ਮੈਂ ਸਿੱਧਾ ਘਰ ਜਾਂਦੀ ਹਾਂ, ਕਿਉਂਕਿ ਐਡਰੈਸ ਤਾਂ ਮੈਨੂੰ ਪ੍ਰੋਪਰ ਪਤਾ ਸੀਗਾ। ਤੇ ਪਹਿਲਾਂ ਮੈਂ ਕਿਹਾ ਇੱਥੋਂ ਮੈਂ ਕੈਬ ਬੁੱਕ ਕਰ ਲੈਂਦੀ ਹਾਂ ਤੇ ਮੈਂ ਸਿੱਧਾ ਘਰ ਜਾਂਦੀ ਹਾਂ, ਬਾਅਦ ਚ ਮੈਂ ਕਿਹਾ ਬਾਏ ਚਾਂਸ ਉਹ ਬਾਹਰ ਹੋਏ ਤੇ ਮੈਨੂੰ ਸਰਪ੍ਰਾਈਜ਼ ਮਿਲ ਜਾਏਗਾ। ਤੇ ਉਹੀ ਚੀਜ਼ ਹੋਈ ਪੂਰੀ ਹੋਣੀ ਸੀਗੀ। ਅਸੀਂ ਚੱਲੇ ਸੀਗੇ ਗੱਡੀ ਦਾ ਥੋੜਾ ਜਿਹਾ ਕੰਮ ਕਰਵਾਉਣ, ਅਸੀਂ ਫਿਰ ਵਿਆਹ ਤੇ ਜਾਣਾ ਹੈ ਨਾ। ਹਾਂਜੀ। ਤੇ ਉਸ ਕਰਕੇ ਸਾਨੂੰ ਸੀਗਾ ਵੀ ਚਲੋ ਆਪਾਂ ਥੋੜਾ ਜਿਹਾ ਗੱਡੀ ਦਾ ਕੰਮ ਕਰਾ ਲੈਂਦੇ ਹਾਂ। ਅਸੀਂ ਬਾਹਰ ਹਲੇ ਆਏ ਹੀ ਸੀਗੇ ਤੇ ਜਾਨੂੰ ਤੁਹਾਡਾ ਫੋਨ ਆ ਗਿਆ। ਹੋਰ ਮੇਰੇ ਸਰਪ੍ਰਾਈਜ਼ ਦੇਣ ਦੇ ਚੱਕਰ ਵਿੱਚ ਪਤਾ ਚੱਲਦਾ ਕਿ ਮੈਨੂੰ ਹੀ ਸਰਪ੍ਰਾਈਜ਼ ਮਿਲ ਗਿਆ। ਇੱਥੇ ਆ ਕੇ ਮੈਂ ਇਹਨਾਂ ਦੀਆਂ ਪੌੜੀਆਂ 'ਚ ਬੈਠੀ ਰਹਿੰਦੀ, ਯਾਰ ਆ ਜਾਓ ਯਾਰ, ਸਰਪ੍ਰਾਈਜ਼ ਤੇ ਸਰਪ੍ਰਾਈਜ਼ ਹੋ ਜਾਣਾ, ਚੱਕਰ 'ਚ ਆਪਦਾ ਹੀ ਫਲੋਪ ਹੋ ਜਾਣਾ ਸੀਗਾ ਸਰਪ੍ਰਾਈਜ਼। ਫਿਰ ਨਾ ਫਿਰ ਪਤਾ ਕੀ ਹੋਣਾ ਸੀਗਾ, ਫਿਰ ਤੈਨੂੰ ਵੇਟ ਵੀ ਜ਼ਿਆਦਾ ਕਰਨੀ ਪੈਣੀ ਸੀਗੀ, ਕਿਉਂਕਿ ਅਸੀਂ ਕਰਾਉਣੀ ਸੀ ਗੱਡੀ ਦੀ ਅਲਾਈਨਮੈਂਟ। ਅੱਛਾ। ਤੇ ਜੇ ਉਹ ਕਰਾਉਂਦੇ ਕਰਾਉਂਦੇ ਘੰਟਾ ਡੇਢ ਘੰਟਾ ਲੱਗ ਜਾਣਾ ਸੀਗਾ, ਫਿਰ ਤੂੰ ਵੇਟ ਕਰਦੀ, ਫਿਰ ਅਸੀਂ ਵੀ ਆਉਣ ਜੋਗੇ ਨਹੀਂ ਸੀਗੇ। ਹਾਂ, ਫਿਰ ਮੈਂ ਪੌੜੀਆਂ 'ਚ ਬੈਠੀ ਰਹਿਣਾ ਸੀਗਾ। ਆਹੋ। ਤੇ ਹੁਣ ਵੈਸੇ ਤਾਂ ਅਸੀਂ ਚੱਲੇ ਹਾਂ ਬਾਹਰ, ਏਦਾਂ ਹੀ ਥੋੜਾ ਜਿਹਾ ਘੁੰਮਣ ਫਿਰਨ ਤੇ ਕੁਛ ਖਾਣ ਪੀਣ। ਤੇ ਉਧਰ ਭਈਆ ਕਿੱਧਰ ਗਏ, ਇੱਥੇ ਖਲੋਤੇ ਸੀ ਹੁਣੇ? ਤੇ ਗੱਲ ਕਰ ਰਹੇ ਹੋ, ਕਰੋ ਫੋਨ ਆ ਰਹੇ। ਹਾਂ, ਤੇ ਭਈਆ ਕਰਦੇ ਪਿਆ ਫੋਨ ਤੇ ਗੱਲ, ਤੇ ਭਈਆ ਗੱਲ ਕਰ ਲੈਣ, ਉਸ ਤੋਂ ਬਾਅਦ ਅਸੀਂ ਬਾਹਰ ਜਾਵਾਂਗੇ ਤੇ ਕੁਛ ਖਾ ਪੀ ਕੇ ਆਵਾਂਗੇ। ਵੈਸੇ ਤਾਂ ਮੇਰਾ ਦਿਲ ਕਰਦਾ ਪਿਆ ਮੋਮੋਸ ਖਾਣ ਦਾ, ਕਿਉਂਕਿ ਇਹਨਾਂ ਨੇ ਨਾ ਮੈਨੂੰ ਮੋਮੋਸ ਖਵਾਏ ਸੀ 3B2 ਦੇ। ਹਾਂ, 3B2, ਉਹ ਮੋਮੋਸ ਮੈਨੂੰ ਬਹੁਤ ਵਧੀਆ ਲੱਗੇ ਸੀਗੇ। ਤੇ ਮੈਂ ਕਿਹਾ ਮੈਂ ਅੱਜ ਹੀ ਜਾਣਾ ਤੇ ਤੁਸੀਂ ਮੈਨੂੰ ਅੱਜ ਹੀ ਲੈ ਕੇ ਚੱਲੋ ਮੋਮੋਸ ਖਵਾਉਣ ਵਾਸਤੇ। ਚੱਲ ਫਿਰ ਤੈਨੂੰ ਮੋਮੋਸ ਹੀ ਖਵਾ ਕੇ ਲਿਆਉਂਦੇ ਆ। ਤੇ ਵੀ ਵਿਚਾਰੇ ਇਹਨੇ ਚੰਗੇ ਨਾਲ ਹੀ ਤਿਆਰ ਹੋ ਕੇ, ਚੱਲ ਤੈਨੂੰ ਆਪਾਂ ਮੋਮੋਸ ਹੀ ਖਵਾ ਕੇ ਲਿਆਉਂਦੇ ਆ। ਤੇ ਇੱਧਰ ਭਈਆ ਵੀ ਆ ਗਏ ਆ, ਘਰ ਆਏ ਹੋ ਗੱਲਾਂ? ਹੋਰ, ਬੜੀ ਛੇਤੀ ਆ ਗਏ, ਮੈਂ ਪਤਾ ਪਿੱਛੇ ਕੈਮਰਾ ਕੀਤਾ, ਤੁਸੀਂ ਮੈਨੂੰ ਲੱਭੇ ਹੀ ਨਹੀਂ, ਮੈਂ ਕਿਹਾ ਭਈਆ ਗਵਾਚ ਗਏ। ਤੇ ਹੁਣ ਆਪਾਂ ਬਾਹਰ ਚੱਲੇ ਆ ਤੇ ਜਾ ਕੇ ਉੱਥੇ ਮੈਂ ਮੋਮੋਸ ਖਾਵਾਂਗੀ ਉਹ ਵੇਲੇ, ਤੇ ਫਿਰ ਆਪਾਂ ਉਸ ਤੋਂ ਬਾਅਦ ਵੇਖਦੇ ਹਾਂ ਆਪਾਂ ਜੋ ਕੁਛ ਕਰਾਂਗੇ ਤੁਹਾਨੂੰ ਵੀ ਨਾਲ ਨਾਲ ਦਿਖਾਵਾਂਗੇ। ਸੋ ਗਾਈਜ਼, ਮੋਮੋਸ ਵਗੈਰਾ ਖਾਣ ਅਸੀਂ ਇੱਥੇ ਆ ਚੁੱਕੇ ਹਾਂ ਤੇ ਮੋਮੋਸ ਮੇਰੇ ਤਾਂ ਆ ਗਏ ਨੇ। ਤੇ ਇਹਦੇ ਤੋਂ ਤੁਸੀਂ ਪਤਾ ਕਰ ਲਓ ਕਿ ਮੈਨੂੰ ਖਾਣ ਦੀ ਇੰਨੀ ਕੁ ਜ਼ਿਆਦਾ ਐਕਸਾਈਟਮੈਂਟ ਹੋਈ ਪਈ ਸੀ, ਮੈਂ ਟੇਕ ਹੀ ਲੈਣਾ ਭੁੱਲ ਗਈ। ਮੈਂ ਥੋੜ੍ਹਾ ਜਿਹਾ ਖਾ ਕੇ ਮੈਂ ਕਿਹਾ ਉਹ ਟੇਕ ਤਾਂ ਮੈਂ ਲਿੱਤਾ ਹੀ ਨਹੀਂ, ਤੇ ਹੁਣ ਮੈਂ ਟੇਕ ਲੈ ਰਹੀ ਹਾਂ। ਸਪੈਸ਼ਲ ਦੱਸਦੀ ਵੀ ਪਈ ਹਾਂ ਨਾਲ ਕਿ ਮੈਂ ਖਾ ਕੇ ਤਾਂ ਫਿਰ ਟੇਕ ਲੈਣਾ ਸ਼ੁਰੂ ਕੀਤਾ, ਇੰਨੇ ਦਿਮਾਗ ਤੇ ਮੋਮੋਸ ਛਾਏ ਪਏ ਨੇ ਮੇਰੇ। ਤੇ ਇਹ ਦੋਨੋਂ ਖਾ ਰਹੇ ਨੇ ਸਪਰਿੰਗ ਰੋਲਸ, ਅਸੀਂ ਸਪਰਿੰਗ ਰੋਲ ਮੰਗਾਏ ਆ। ਹਾਂਜੀ, ਪਤਾ ਨਹੀਂ ਅੱਜ ਇਹਨਾਂ ਨੂੰ ਕੀ ਹੋਇਆ, ਕਹਿੰਦੇ ਸੀ ਅੱਜ ਸਪਰਿੰਗ ਰੋਲ ਖਾਣੇ ਆ। ਮੈਂ ਤੂੰ ਵੀ ਖਾ ਲਈ ਬ੍ਰੋ, ਉਹ ਤਾਂ ਤੁਹਾਨੂੰ ਕਹਿਣ ਦੀ ਲੋੜ ਪੈਣੀ ਨਹੀਂ, ਆਹੀ ਮੋਮੋਸ ਖਾਣਾ ਨਾ ਤੇਰੇ। ਹਾਂ, ਸਹੀ ਗੱਲ ਹੈ, ਫਿਰ ਤੁਸੀਂ ਮੈਨੂੰ ਸਪਰਿੰਗ ਰੋਲ ਖਵਾਓਗੇ ਤਾਂ ਮੈਂ ਤੁਹਾਨੂੰ ਮੋਮੋਸ ਖਵਾਵਾਂਗੀ, ਨਹੀਂ ਤਾਂ ਮੈਂ ਨਹੀਂ ਖਵਾਉਂਦੀ। ਹਾਂ, ਛੋਟੇ ਹੁੰਦੇ ਭੈਣ ਭਰਾ ਕਰਦੇ ਹੁੰਦੇ ਨਾ, ਉਦਾਂ ਤੂੰ ਮੈਨੂੰ ਆਪਣੀ ਚੀਜ਼ ਦਿੱਤੀ ਸੀ ਜਿਹੜਾ ਮੈਂ ਤੈਨੂੰ ਦਵਾਂ। ਯਾਰ ਉਹ ਆਇਆ ਨਹੀਂ, ਕੋਲਡ ਡਰਿੰਕ ਮੰਗਾਈ ਮੈਂ। ਚੱਲ ਤੂੰ ਕੋਈ ਗੱਲ ਨਹੀਂ, ਹਾਂ ਲੈ ਲਈ, ਉਧਾਰੇ ਲੈ ਲਈ, ਠੀਕ ਹੈ? ਹੈਂ, ਉਧਾਰੇ ਲੈ ਲਈ ਸਪਰਿੰਗ ਰੋਲ। ਹਾਂ, ਥੋੜੀ ਦੇਰ ਬਾਅਦ ਦੋ ਉਧਾਰੇ ਮੋਮੋ। ਠੀਕ ਹੈ, ਠੀਕ ਹੈ, ਕਲੀਅਰ ਹੋ ਜਾਊਗਾ ਨਾ। ਸਹੀ ਗੱਲ ਹੈ, ਨਾਲ ਦੀ ਨਾਲ ਕਲੀਅਰ ਹੋਣਾ ਚਾਹੀਦਾ ਸਭ ਕੁਝ। ਸਹੀ ਗੱਲ ਹੈ। ਹਾਂ, ਤੇ ਹੁਣ ਮੇਰੇ ਕੋਲ ਵੇਟ ਨਹੀਂ ਹੁੰਦੀ ਵੀ ਮੋਮੋਸ ਖਾ ਲਈਏ ਪਹਿਲੇ ਫਟਾਫਟ। ਖਾ ਲੈ, ਖਾ ਲੈ, ਤੁਸੀਂ ਸੀ ਕਰਨਾ। ਸਹੀ ਗੱਲ ਹੈ, ਅਸੀਂ ਦੋਨੋਂ ਫ੍ਰੀ ਹੋ ਗਏ ਆ ਆਪਣੇ ਸਪਰਿੰਗ ਰੋਲ ਖਾ ਕੇ, ਔਰ ਇੱਕ ਇੱਕ ਮੋਮੋਸ ਵੀ ਖਾ ਲਿਆ, ਔਰ ਕੋਲਡ ਡਰਿੰਕ ਪੀ ਰਹੇ ਆ। ਬਟ ਇਧਰ ਖੁਸ਼ੀ ਸੀ ਹੋ ਰਹੀ ਹੈ ਇਧਰ ਪੂਰੀ। ਤੇ ਕਿੰਨੇ ਕੁ ਰਹਿ ਗਏ ਆ? ਤਿੰਨ ਤਿੰਨ ਰਹਿ ਗਏ ਆ। ਤੇ ਓਏ ਮਿਰਚ ਵਾਲੀ ਚਟਨੀ ਸਾਰੀ ਖਾ ਗਈ, ਵੇਖੋ ਇਹ ਨਾ ਪੂਰੀ ਭਰੀ ਮਿਰਚ ਵਾਲੀ ਚਟਨੀ। ਅੱਖਾਂ ਦੇਖੋ, ਅੱਖਾਂ ਮੈਡਮ ਦੀਆਂ ਦਿਖਾਈ ਇਧਰ, ਵੇ ਵੇ ਵੇ,
ਅੱਖਾਂ ਚੋਂ ਪਾਣੀ ਜ਼ਰੂਰ ਆ ਗਿਆ ਪਰ ਆਪਾਂ ਫੇਰ ਵੀ ਸਪਾਈਸੀ ਚਟਨੀ ਖਾਣੀ ਹੈ। ਬੋਲਿਆ ਨਹੀਂ ਜਾਣ ਦਿਆ ਪਰ ਹਟਣਾ ਨਹੀਂ। ਇਹ ਮੈਂ ਤੁਹਾਨੂੰ ਆਪ ਦਿਖਾਇਆ ਰਿਹਾ ਫੋਨ ਫੜ ਕੇ ਆਪ ਮੈਂ ਤੁਹਾਨੂੰ ਦਿਖਾਵਾਂ ਵੇਖ ਲਓ ਕਿੱਦਾਂ ਸੀਸੀ ਲੱਗੀ ਕਹਿੰਦਾ ਉੱਤੋਂ ਨਾ ਖਾਂਸੀ ਹੈ ਔਰ ਕੋਲਡ ਹੈ ਇਹਨੂੰ ਬੁਖਾਰ ਵੀ ਹੈ ਹੈ ਮੈਨੂੰ ਲੱਗਦਾ ਇਹ ਖਾ ਕੇ ਠੀਕ ਹੀ ਹੋ ਜਾਣਾ ਮੈਨੂੰ ਆਪ ਲੱਗਦਾ ਨਾ ਖਾ ਪੀ ਕੇ ਸਹੀ ਹੋਣਾ ਸਹੀ ਗੱਲ ਹੈ ਚਲ ਖਾ ਲਾ ਵਿੱਚ ਉਹ ਨਾ ਸੁੱਟ ਲਈ ਦੇਸੀ ਘਿਓ ਦੇ ਖਾ ਲਾ ਸਹੀ ਗੱਲ ਹੈ। ਸੋ ਗਾਇਸ ਮੋਮੋਸ ਵਗੈਰਾ ਖਾ ਕੇ ਅਸੀਂ ਘਰ ਆ ਚੁੱਕੇ ਸੀ ਤੇ ਇਹ ਉਸ ਤੋਂ ਬਾਅਦ ਦੀ ਕਲਿੱਪ ਹੈਗੀ ਹੈ ਜਦੋਂ ਅਸੀਂ 1.5-2 ਘੰਟਾ ਬਹਿ ਕੇ ਗੱਲਾਂ ਕੀਤੀਆਂ ਨੇ ਉਸ ਤੋਂ ਬਾਅਦ ਦੀ ਹੈ ਤੇ ਸਹੀ ਗੱਲ ਹੈ ਤੇ ਹਿਮਾਨੀ ਵੀ ਚੁੱਪ ਨਹੀਂ ਕਰਦੀ ਪਈ ਤੇ ਹੁਣ ਦੀਦੀ ਨੂੰ ਲੱਗ ਗਈ ਹੈ ਭੁੱਖ ਤੇ ਦੀਦੀ ਨੇ ਇੱਧਰ ਚਾਵਲ ਰੱਖਤੇ ਨੇ ਇੱਧਰ ਦੀਦੀ ਨੇ ਰਾਜਮਾਂਹ ਬਣਾਏ ਨੇ ਉਹ ਵੀ ਗਰਮ ਹੋ ਰਹੇ ਨੇ ਤੇ ਇੱਧਰ ਦੀਦੀ ਸੈਲਡ ਕੱਟਦੇ ਪਏ ਹਨ ਤੇ ਟਮਾਟਰ ਦੀਦੀ ਨੇ ਮੇਰੇ ਟਮਾਟਰ ਤੇ ਕੱਟਣਾ ਸ਼ੁਰੂ ਕੀਤਾ ਕਹਿੰਦੀ ਮੈਂ ਟਮਾਟਰ ਖਾਣਾ ਨਾਲ ਹਨਾ ਥੋੜੇ ਚੁੱਪ ਕਰ ਗਏ ਹਿਮਾਨੀ ਕਾ ਪੇਟ ਹੈ ਸਹੀ ਗੱਲ ਹੈ ਇੱਕ ਤਾਂ ਸ਼ਾਇਦ ਮੇਰੀ ਆਵਾਜ਼ ਤੋਂ ਵੀ ਪਤਾ ਲੱਗਦਾ ਹੀ ਹੋਵੇ ਕਿ ਮੇਰੀ ਤਬੀਅਤ ਠੀਕ ਨਹੀਂ ਹੈਗੀ ਪਰ ਖਾਣ ਪੀਣ ਤੋਂ ਤਾਂ ਵੀ ਨਹੀਂ ਹਟਣਾ ਹੈਗਾ ਪਤਾ ਨਹੀਂ ਸ਼ਾਇਦ ਮੌਸਮ ਹੀ ਇੱਦਾਂ ਦਾ ਸਾਰੇ ਬਿਮਾਰ ਹੁੰਦੇ ਪਏ ਆ ਮੌਸਮ ਚੇਂਜ ਹੋ ਰਿਹਾ ਨਾ ਤਾਂ ਕਰਕੇ ਪਾਣੀ ਵੀ ਨਹੀਂ ਸਹੀ ਆਉਂਦਾ ਪਿਆ ਕਿਉਂਕਿ ਸਾਡੇ ਵੀ ਘਰ ਵਿੱਚ ਅਸੀਂ ਮੋਟਰ ਵਗੈਰਾ ਚਲਾਉਂਦੇ ਹਾਂ ਨਾ ਆਰੋ ਸਾਡਾ ਖਰਾਬ ਹੋ ਚੁੱਕਿਆ ਜਦੋਂ ਅਸੀਂ ਸ਼ਿਫਟਿੰਗ ਕਰਦੇ ਪਏ ਸੀ ਨਾ ਤੇ ਆਰੋ ਡਿੱਗ ਗਿਆ ਸੀਗਾ ਤੇ ਉਸ ਤੋਂ ਬਾਅਦ ਸਾਡਾ ਜਿਵੇਂ ਆਪਾਂ ਕਿਹਾ ਕਿ ਆਪਾਂ ਥੋੜੀ ਦੇਰ ਇੱਦਾਂ ਮੋਟਰ ਵਗੈਰਾ ਚਲਾ ਕੇ ਯੂਜ਼ ਕਰਦੇ ਹਾਂ ਤੇ ਮੋਟਰ ਦਾ ਵੀ ਪਾਣੀ ਸਹੀ ਨਹੀਂ ਆਉਂਦਾ ਪਿਆ ਉਹਦਾ ਵੀ ਕੀ ਪਤਾ ਤੇ ਇੱਧਰ ਆ ਦੀਦੀ ਨੇ ਵੀ ਇੱਥੇ 20 ਲੀਟਰ ਦੀ ਬੋਟਲ ਲਿਆ ਕੇ ਰੱਖੀ ਹੋਈ ਹੈ ਬੋਟਲ ਹੀ ਠੀਕ ਆ ਬਿਸਲੇਰੀ ਦੀ ਬੋਟਲ ਆ ਤੇ ਇਹੀ ਆਪਾਂ ਕਿਹਾ ਵੀ ਚੱਲ ਇਹੀ ਯੂਜ਼ ਕਰ ਲੈਂਦੇ ਆਪਾਂ ਨਾਲੇ ਬੰਦੇ ਨੂੰ ਇਹ ਚੀਜ਼ਾਂ ਦਾ ਧਿਆਨ ਰੱਖਣਾ ਵੀ ਚਾਹੀਦਾ ਐਵੇਂ 100-50 ਬਚਾਉਣ ਦੇ ਪਿੱਛੇ ਬੰਦਾ ਆਪਣੇ ਤੇ ਹਜ਼ਾਰਾਂ ਲਾ ਲੈਂਦਾ ਬਾਅਦ ਵਿੱਚ ਮੈਨੂੰ ਬੋਲਦੀ ਬੋਲਦੀ ਮੇਰੀ ਬਾਂਹ ਵੀ ਥੱਕ ਗਈ ਥੱਕ ਮੈਂ ਇੰਨਾ ਗਈ ਸ਼ਾਇਦ ਮੇਰੀ ਅੱਖਾਂ ਤੋਂ ਭਾਵੇਂ ਨਾ ਪਤਾ ਲੱਗਦਾ ਹੋਵੇ ਪਰ ਢੇਰੀ ਹੋ ਜਾਣਾ ਮੈਂ ਹੁਣ ਰੋਟੀ ਰੋਟੀ ਖਾ ਕੇ ਸਾਨੂੰ ਸੀਗਾ ਆਪਾਂ ਘਰੋਂ ਵੀ ਜਲਦੀ ਨਿਕਲਾਂਗੇ ਆਪਾਂ 10:30 ਤੱਕ ਉੱਥੇ ਪਹੁੰਚ ਗਏ ਉੱਥੇ ਜਾ ਕੇ ਪਤਾ ਲੱਗਾ ਕਿ ਉਹਨਾਂ ਨੇ ਟਾਈਮ ਜਲਦੀ ਦਿੱਤਾ ਹੈ ਬੱਸ 11:05 ਤੇ ਆਉਂਦੀ ਹੈ ਤੇ ਫਿਰ ਆਪਾਂ ਇੰਨੀ ਦੇਰ ਉੱਥੇ ਖਲੋਤੇ ਰਹੇ ਉੱਤੋਂ ਗਰਮੀ ਇੰਨੀ ਲੱਗੇ ਧੁੱਪ ਵੀ ਸਿੱਧੀ ਪਵੇ ਉੱਥੇ ਪਾਣੀ ਕੋਲ ਹੈਗਾ ਸੀ ਤੇ ਥੋੜਾ ਜਿਹਾ ਆਸਰਾ ਹੋ ਗਿਆ ਨਹੀਂ ਤਾਂ ਉਹ ਵੀ ਔਖਾ ਹੋਣਾ ਸੀਗਾ ਬਾਅਦ ਚੋਂ ਤੇ ਉਸ ਤੋਂ ਬਾਅਦ ਜਦੋਂ ਬੱਸ ਆਈ ਤੇ ਬੱਸ ਵਿੱਚ ਜਦੋਂ ਠੰਡਾ ਠੰਡਾ AC ਚੱਲੇ ਫਿਰ ਮੈਨੂੰ ਠੰਡ ਲੱਗਣ ਲੱਗ ਪਈ
ਨਹੀਂ ਫਿਰ ਜੇ ਮੈਨੂੰ ਗਰਮੀ ਲੱਗਦੀ ਫਿਰ ਮੈਂ ਦੁਬਾਰਾ ਚਲਵਾਉਣਾ ਸੀ, ਉਹਨਾਂ ਨੇ ਵੀ ਕਹਿਣਾ ਸੀ ਥੱਲੇ ਲਾਓ ਹੈਂਡ ਬਸ ਤੂੰ ਤੂੰ ਇੱਧਰ ਵਾਪਸ ਜਾ ਜਿੱਥੋਂ ਆਈ ਹੈਗੀ ਹੈ, ਤੈਨੂੰ ਨਹੀਂ ਆਪਾਂ ਲੈ ਕੇ ਜਾਣਾ ਹੈਗਾ। ਵੈਸੇ ਬੱਸ ਵਧੀਆ ਬੜੀ ਹੈਗੀ ਆ, ਸਹੀ ਗੱਲ ਹੈ, ਵੱਖਰਾ ਆਉਂਦਾ, ਟਾਈਮ ਵੀ ਘੱਟ ਸਟੋਪ ਵੀ ਘੱਟ, ਤੇ ਜਿਵੇਂ ਬਾਕੀ ਬੱਸਿਸ ਵਗੈਰਾ ਵਿੱਚ ਹੁੰਦਾ ਕਿ ਆਉਣ ਦੋ ਜਿਹੜਾ ਵੀ ਆਉਂਦਾ ਖਲੋਤੇ ਰਹੋ, ਇੰਨਾ ਰੌਲਾ ਰੱਪਾ ਉਹ ਚੀਜ਼ ਕੁਛ ਵੀ ਨਹੀਂ। ਹਰ ਬੱਸ ਸਟਾਪ ਤੇ ਨਹੀਂ ਰੁਕਦੀ ਹੈਗੀ, ਪਰ ਮੈਂ ਵੀ ਆਰਾਮ ਨਾਲ ਟੀਵੀ ਵੇਖਦੀ ਵੇਖਦੀ ਆਈ। ਜਦੋਂ ਮੇਰਾ ਟੀਵੀ ਵੇਖਣ ਦਾ ਨਹੀਂ ਗੱਲ ਕੀਤਾ, ਤੁਹਾਨੂੰ ਪਤਾ ਮੈਂ ਪੂਰੀਆਂ ਦੋ ਫਿਲਮਸ ਦੇਖੀਆਂ ਨੈਟਫਲਿਕਸ ਤੇ। ਅੱਛਾ, ਤੇ ਹੋਰ ਏਅਰਪੋਰਟ ਲਾ ਕੇ ਬਹਿ ਗਈ ਤੇ ਫਿਲਮਾਂ ਚੱਲੀ ਜਾਣ ਦੇ, ਬਸ ਇੱਕ ਮੈਂ ਹੋਰਰ ਵੇਖੀ ਇੱਕ ਮੈਂ ਹਿੰਦੀ ਮੂਵੀ ਦੇਖੀ। ਅੱਛਾ ਤੂੰ ਹੋਰਰ ਦੇਖ ਲਈ? ਯੈਸ। ਵਧੀ ਨਹੀਂ ਨਾ? ਹੁਣ ਨਹੀਂ ਲੱਗਦਾ ਮੈਨੂੰ ਡਰ। ਅੱਛਾ, ਤੇ ਹੋਰ ਦਲੇਰ ਹੋ ਗਈ ਹੁਣ? ਦਲੇਰ ਹੋ ਗਈ ਨਹੀਂ, ਵਧੀਆ। ਤੇ ਹੋਰ ਤੇ ਹਨ ਆਪਾਂ ਰੋਟੀ ਵਗੈਰਾ ਖਾ ਲਈਏ ਕਿਉਂਕਿ ਥੱਕ ਮੈਂ ਤਾਂ ਬਹੁਤ ਜ਼ਿਆਦਾ ਚੁੱਕੀ ਹਾਂ, ਅਤੇ ਰੋਟੀ ਵਗੈਰਾ ਖਾ ਕੇ ਉਸ ਤੋਂ ਬਾਅਦ ਜਿੰਨੇ ਕੁ ਦਿਨ ਮੈਂ ਇੱਥੇ ਹੈਗੀ ਹਾਂ ਤਾਂ ਤੁਹਾਨੂੰ ਉਹਦੇ ਵੀ ਵਧੀਆ ਵਧੀਆ ਵਲੋਗਸ ਦੇਖਣ ਨੂੰ ਮਿਲਦੇ ਰਹਿਣਗੇ, ਅਤੇ ਜਿਨ੍ਹਾਂ ਨੇ ਸਹੀ ਗੱਲ ਹੈ ਅਤੇ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਅਤੇ ਉਹ ਸਬਸਕ੍ਰਾਈਬ ਕਰ ਲਿਓ, ਕਈ ਇੱਦਾਂ ਹੀ ਦੇਖਦੇ ਬਿਨਾਂ ਸਬਸਕ੍ਰਾਈਬ ਕੀਤੇ, ਕੀ ਜਾਣਾ ਕਿਸੇ ਦਾ ਕੁਛ ਵੀ ਨਹੀਂ, ਬਸ ਇੱਕ ਸਰਪ੍ਰਾਈਜ਼ ਸਰਪ੍ਰਾਈਜ਼ ਦਿੱਤਾ, ਸਰਪ੍ਰਾਈਜ਼ ਮੂੰਹ ਤੋਂ ਚੜ ਗਿਆ, ਬਸ ਇੱਕ ਸਬਸਕ੍ਰਾਈਬ ਬਟਨ ਪ੍ਰੈਸ ਕਰ ਦਿਓ ਅਤੇ ਤੁਹਾਨੂੰ ਮੇਰੇ ਵਲੋਗਸ ਪਹਿਲੇ ਮਿਲ ਜਾਣਗੇ, ਅਤੇ ਹੁਣ ਅਸੀਂ ਮਿਲਾਂਗੇ ਨੈਕਸਟ ਵਲੋਗ 'ਚ, ਬਾਏ।